ਇਹ ਲੱਗਿਆ ਹੋਊਗਾ ਤਾਂ ਉਹਦੇ ਨਾਲ ਥੋੜ੍ਹਾ ਦੋਨੋਂ ਪਾਸੇ ਚਲਾਨ ਕਰਨ ਵਾਲਾ ਵੀ ਅਤੇ ਚਲਾਨ ਵਾਲਾ ਵੀ ਦੇ ਵਿਲ ਆਲਸੋ ਵੀ ਥੋੜ੍ਹਾ ਉਸ ਸਤਰਕ ਰਹਿਣਗੇ। ਡਿਊਰਿੰਗ ਦ ਚਲਾਨਸ ਔਰ ਡੂਇੰਗ ਐਨੀਥਿੰਗ ਜਿਹੜੀ ਕਿ ਉੱਥੇ ਮੌਕੇ 'ਤੇ ਕੁਝ ਵਾਪਰ ਰਹੀ ਹੈ ਅਤੇ ਰਿਕਾਰਡ ਹੋ ਜੂਗਾ। ਦੇਖੋ ਅੱਜ ਆਪਾਂ 6 ਗੱਡੀਆਂ 'ਤੇ ਕੈਮਰੇ ਲਾਏ ਆ, ਉਹਦੇ 'ਚ ਇਹ ਹੈਗਾ ਕਿ ਇਹ ਸਾਨੂੰ ਇਹਨਾਂ ਨੇ ਸੰਸਥਾ ਵੱਲੋਂ ਸਪੋਂਸਰ ਕੀਤਾ ਹੈ ਅਤੇ ਬੇਸਿਕਲੀ ਇਹਦੇ 'ਚ ਇਹ ਹੈ ਕਿ ਜਦੋਂ ਆਪਾਂ ਇਹ ਜਦੋਂ ਇਹ ਡੈਸ਼ਬੋਰਡ 'ਤੇ ਲੱਗ ਜਾਣਗੇ ਅੰਦਰ ਵੀ ਇਹਦਾ ਕੰਟਰੋਲ ਹੋਊਗਾ, ਬਟ ਡਿਊਰਿੰਗ ਦ ਚਲਾਨਸ ਔਰ ਡੂਇੰਗ ਐਨੀਥਿੰਗ ਜਿਹੜੀ ਕਿ ਉੱਥੇ ਮੌਕੇ 'ਤੇ ਕੁਝ ਵਾਪਰ ਰਹੀ ਹੈ ਅਤੇ ਰਿਕਾਰਡ ਹੋ ਜੂਗਾ। ਕੱਲ੍ਹ ਜੇ ਕੋਈ ਕਿਤੇ ਇਸ਼ੂ ਆਉਂਦਾ ਹੈਗਾ ਜਾਂ ਕੋਈ ਗੱਲਬਾਤ ਉੱਥੇ ਮੌਕੇ 'ਤੇ ਹੀ ਹੋ ਜਾਂਦੀ ਹੈ ਤਾਂ ਉਸ ਚੀਜ਼ ਦਾ ਆਪਣੇ ਕੋਲ ਕਿਸੇ ਕੋਲ ਤਾਂ ਕੋਈ ਪ੍ਰੂਫ ਨਹੀਂ ਹੁੰਦਾ, ਹਰ ਵਾਰ ਤਾਂ ਕੋਈ ਪ੍ਰੋਪਰ ਵੀਡੀਓ ਨਹੀਂ ਬਣਾਉਂਦਾ ਹੁੰਦਾ। ਸੋ ਇਸ ਕਰਕੇ ਆਪਾਂ ਉਸ ਨੂੰ ਚੈੱਕ ਕਰਕੇ ਵੀ ਕੈਨ ਗੈਟ ਇਨਟੂ ਇਟ ਵੀ ਕਿਹਦੇ 'ਚ ਵੀ ਕੋਈ ਪ੍ਰੋਬਲਮ ਆਈ ਹੈ, ਕੁਛ ਕਫਲ ਹੋਈ ਹੈ, ਕੁਛ ਆਇਆ, ਉਹਦੇ ਨਤੀਜੇ 'ਤੇ ਪਹੁੰਚ ਸਕਦੇ ਹਾਂ ਆਪਾਂ ਸਕਦੇ ਜਿਵੇਂ ਲੋਕ ਵੀਡੀਓ ਬਣਾਉਂਦੇ ਸੀ ਹੁਣ ਪੁਲਿਸ। ਹਾਂ, ਅਤੇ ਦੂਜਾ ਜਦੋਂ ਇਹ ਬਣੂਗਾ ਇਹ ਲੱਗਿਆ ਹੋਊਗਾ ਤਾਂ ਉਹਦੇ ਨਾਲ ਥੋੜ੍ਹਾ ਦੋਨੋਂ ਪਾਸੇ ਚਲਾਨ ਕਰਨ ਵਾਲਾ ਵੀ ਅਤੇ ਚਲਾਨ ਵਾਲਾ ਵੀ ਦੇ ਵਿਲ ਆਲਸੋ ਵੀ ਥੋੜ੍ਹਾ ਉਸ ਸਤਰਕ ਰਹਿਣਗੇ। ਅਤੇ ਰਿਕਾਰਡਿੰਗ ਦੇਖੋ ਇਹਦੀ ਹਫ਼ਤੇ ਦੀ ਹੈਗੀ ਹੈ ਐਂਡ ਉਦੋਂ ਤੱਕ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਕੋਈ ਇਸ਼ੂ ਆਇਆ ਕਿ ਨਹੀਂ ਆਇਆ ਅਤੇ ਉਹਨੂੰ ਵਾਚ ਕਰਕੇ ਅਸੀਂ ਆਪਣੇ ਸੀਨੀਅਰ ਲੈਵਲ 'ਤੇ ਇਹਨੂੰ ਕਰਾਂਗੇ। ਬਿਲਕੁਲ, ਅਸੀਂ ਦੇਖੋ ਹੁਣ ਅਸੀਂ ਸ਼ੁਰੂ ਕੀਤਾ ਹੈਗਾ, ਅਸੀਂ ਪ੍ਰੋਸੈਸ ਪਿੱਛੇ ਅਸੀਂ ਆਹ ਜਿਹੜੇ ਤੁਹਾਡੇ ਨੰਬਰ ਪਲੇਟਸ ਵਾਲਾ ਇਸ਼ੂ ਆਇਆ ਹੈਗਾ ਉਹ ਹੁਣ ਅਸੀਂ ਮੈਕਸੀਮਮ ਚਲਾਨ ਕੀਤੇ ਨੇ। ਤੁਸੀਂ ਦੇਖੋਗੇ ਸਾਡਾ ਫਿਗਰ ਦੱਸਾਂਗੇ ਹੁਣ ਰੈਗੂਲਰ ਫੇਅਰ ਅਸੀਂ ਜਿਹੜਾ ਜਿਹੜੀ ਇਹ ਵਹੀਕਲਸ 'ਤੇ ਨੰਬਰ ਪਲੇਟ ਆਪਣੀ ਨਹੀਂ ਲਵਾ ਰਹੇ ਅਤੇ ਇਸੇ ਤਰ੍ਹਾਂ ਹੀ ਇਹ ਜਿਹੜਾ ਹੈਗਾ ਇਹਦਾ ਸਾਨੂੰ ਲੱਗਿਆ ਹੋਇਆ ਆਲਰੇਡੀ ਬਰੀਫ ਹੈ, ਅਸੀਂ ਇਹਨੂੰ ਰੈਗੂਲਰ ਮੋਨੀਟਰ ਕਰ ਰਹੇ ਹਾਂ। ਟੋਟਲ ਹੁਣ ਸਾਡੇ ਕੋਲ 6 ਗੱਡੀਆਂ 'ਚ ਲੱਗੇ ਆ, 10 'ਤੇ ਲਗਾਏ ਜਾਣ।